ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਰੋਜ਼ਾਨਾ ਟਾਈਮ 'ਚ। ਇਸ ਵੇਲੇ ਦੀ ਵੱਡੀ ਖਬਰ ਖੰਨੇ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਪੁਲਿਸ ਵੱਲੋਂ ਚੋਰਾਂ ਦੀ ਰੇਡ ਕੀਤੀ ਗਈ ਸੀ। ਸਰ, ਕੀ ਮੋਟਿਵ ਹੈ ਜੀ ਪੈਟਰੋਲ ਦਾ? ਅੱਜ ਸਾਡੇ ਇਸ ਹੀ ਚੌਂਕੀ ਇੰਚਾਰਜ ਕੋਰਟ ਜਿਹੜੇ ਹੈਗੇ ਨੇ, ਉਹ ਕਿਸੇ ਦਰਖਾਸਤ ਦੇ ਸੰਬੰਧ 'ਚ ਮਡਿਆਲਾ ਪਿੰਡ ਗਏ ਸੀ, ਜਿੱਥੇ ਦਰਖਾਸਤ ਕੰਪਲੇਂਟ ਥਾਣੇ ਵਿੱਚ ਆਈ ਸੀਗੀ। ਉੱਥੋਂ ਐਂਗਲ ਵਗੈਰਾ ਚੋਰੀ ਹੋ ਰਹੇ ਨੇ, ਉਹਦੇ 'ਚੋਂ ਜਿਹੜੇ ਫੈਮਿਲੀ ਦੇ ਵਿੱਚ ਜਿਹੜਾ ਇੱਕ ਬੰਦਾ ਜਿਹੜਾ ਨਾਲ ਖਾਇਆ ਹੋਇਆ ਸੀ, ਉਹ ਹਰਜੀਤ ਸਿੰਘ ਸੀ। ਉਹਦੇ ਘਰ ਉਹ ਪੜਤਾਲ ਦੇ ਸੰਬੰਧ 'ਚ ਗਏ ਸੀ, ਅਤੇ ਉਹਨਾਂ ਨੇ ਉੱਥੇ ਉਹ ਇੰਚਾਰਜ ਨਾਲ ਥੋੜ੍ਹਾ ਜਿਹਾ ਉਹਨਾਂ ਨੇ ਮਿਸਬਿਹੇਵ ਕੀਤਾ, ਧੱਕਾ ਮੁੱਕੀ ਕੀਤੀ, ਅਤੇ ਉਹਦੇ ਨੱਕ 'ਤੇ ਵੀ ਸੱਟ ਲੱਗੀ ਹੈ। ਅਤੇ ਉਹਦੇ ਸੰਬੰਧ ਦੇ ਵਿੱਚ ਉਹਨੇ ਡਿਊਟੀ 'ਚ ਵਿਘਨ ਪਾਇਆ। ਅਸੀਂ ਆਪਣਾ ਐੱਫ ਆਈ ਆਰ ਨੰਬਰ 12 ਸੈਕਸ਼ਨ ਹੈਗੇ ਨੇ 353, 186, 332, 323 ਆਈ ਪੀ ਸੀ ਦੇ ਤਹਿਤ ਪਰਚਾ ਦਰਜ ਕੀਤਾ। ਅਤੇ ਪ੍ਰਿਲਿਮਨਰੀ ਇਨਕੁਆਇਰੀ ਦੇ ਵਿੱਚ ਇਹ ਵੀ ਆਇਆ ਵੀ ਉਹ ਹਰਜੀਤ ਸਿੰਘ ਜਿਹੜਾ ਚੋਰੀ ਦੀ ਵਾਰਦਾਤ ਦੇ ਵਿੱਚ ਵੀ ਇਨਵੋਲਵ ਸੀਗਾ, ਜਿਹੜੀ ਦਰਖਾਸਤ ਬਲਵੀਰ ਸਿੰਘ ਵਗੈਰਾ ਨੇ ਦਿੱਤੀ ਹੈ, ਉਹ ਵੀ ਅਸੀਂ ਉਹਦੇ 'ਤੇ ਪਰਚਾ ਦਰਜ ਕਰ ਰਹੇ ਹਾਂ। ਐੱਫ ਆਈ ਆਰ ਨੰਬਰ 13 ਅਸੀਂ ਉਸ ਸੰਬੰਧ ਦੇ ਵਿੱਚ ਵੀ ਦਰਜ ਕੀਤੀ ਹੈ। ਹਾਂ, ਇਹ ਇੱਕ ਹੈਗੇ ਨੇ 3-4 ਬੰਦੇ ਨੇ ਜਿਹੜੇ ਪਿੰਡ ਉਸੇ ਪਿੰਡ ਦੇ ਨੇ, ਜਿਹੜੇ ਲੋਕਾਂ ਨੇ ਵੀ ਉਹਨਾਂ ਨੂੰ ਵਾਚ ਕੀਤਾ ਵੀ ਇਹੀ ਕੰਮ ਕਰਦੇ ਨੇ। ਇਹਦੇ 'ਚ ਇੱਕ ਉਹੀ ਜਿਹੜਾ ਇੱਕ ਤਾਂ ਸੀ ਹਰਜੀਤ ਸਿੰਘ ਮੇਨ ਬੰਦਾ, ਅਤੇ ਇੱਕ ਬਲਜੀਤ ਸਿੰਘ ਬੰਟੀ ਹੈ, ਅਤੇ ਇੱਕ ਹੈਗਾ ਜਨਕ ਰਾਜ। ਇਹ ਐਂਗਲ ਲਾਉਂਦੇ ਨੇ ਸਮਾਨ ਬਰਾਮਦ ਵਿੱਚ। ਇਹਨਾਂ ਤੋਂ ਹਾਲੇ ਅਸੀਂ ਉਹਦੇ 'ਤੇ ਸਮਾਨ ਬਰਾਮਦ ਕਰ ਲਾਂਗੇ, ਸਾਨੂੰ ਥੋੜ੍ਹੀ ਜਿਹੀ ਇਨਫੋਰਮੇਸ਼ਨ ਹੈਗੀ ਹੈ, ਸਮਾਨ ਅਸੀਂ ਬਰਾਮਦ ਕਰਨਾ ਇਹਨਾਂ ਤੋਂ। ਜਿਹੜੀ ਪੁਲਿਸ ਪਾਰਟੀ ਦੇ ਉਹਨਾਂ ਨੇ ਧੱਕਾ ਮੁੱਕੀ ਕੀਤੀ, ਉਹਨਾਂ ਧੱਕਾ ਮੁੱਕੀ ਇਹੀ ਕੀਤੀ ਵੀ ਸਾਨੂੰ ਤਾਂ ਪਤਾ ਨਹੀਂ ਸਾਡੇ ਮੁੰਡੇ 'ਤੇ ਕੀ ਕਾਰਵਾਈ ਹੋ ਜੂਗੀ। ਜਦੋਂ ਅਸੀਂ ਤਾਂ ਸਿਰਫ ਉਸ ਮੁੰਡੇ ਨੂੰ ਹੀ ਪੁੱਛਗਿੱਛ ਲਈ ਗਏ ਸੀ ਉਹਦੇ ਕੋਲ, ਨਾ ਕਿ ਸਾਰੀ ਫੈਮਿਲੀ ਨੂੰ, ਪਰ ਉਹ ਸਾਰੀ ਫੈਮਿਲੀ ਨੇ ਹੀ ਧੱਕਾ ਮੁੱਕੀ ਕੀਤੀ ਹੈ। ਇਸ ਲਈ ਜਿਹੜੇ ਉਸ ਬੰਦੇ ਧੱਕਾ ਮੁੱਕੀ 'ਚ ਇਨਵੋਲਵ ਸੀ, ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ। ਹਾਂਜੀ, ਸੁਖਵਿੰਦਰ ਕੌਰ ਹੈਗੀ ਇਹਦੇ 'ਚ। ਹਰਜੀਤ ਦੇ ਕੀ ਲੱਗਦੇ ਨੇ ਜੀ? ਉਹ ਹਰਜੀਤ ਦੀ ਸਿਸਟਰ ਲੱਗਦੀ ਹੈ, ਔਰ ਅਸੀਂ ਲੇਡੀ ਪੁਲਿਸ ਦੀ ਮਦਦ ਨਾਲ ਅਰੈਸਟ ਕੀਤਾ। ਇਹਦੇ 'ਚ ਪਤਾ ਲੱਗਿਆ ਵੀ ਜਨਕ ਰਾਜ ਦੇ ਮੁੰਡੇ ਦੇ ਉੱਤੇ ਵੀ ਪਹਿਲਾਂ ਕੋਈ NDPS ਐਕਟ ਦਾ ਪਰਚਾ ਦਰਜ ਹੈ। ਤੇ ਉੱਥੇ ਹੀ ਚੋਰਾਂ ਵੱਲੋਂ ਪੁਲਿਸ ਤੇ ਹੀ ਹਮਲਾ ਕਰ ਦਿੱਤਾ, ਤੇ ਜਿਸ ਦੇ ਚੱਲਦੇ ਕੋਟ ਚੌਂਕੀ ਦੇ ਇੰਚਾਰਜ ਦੀ ਪੱਗ ਵੀ ਲੱਥ ਗਈ, ਤੇ ਜਿਸ ਦੇ ਚੱਲਦੇ ਉਹਨਾਂ ਦੇ ਨੱਕ ਤੇ ਸੱਟ ਵੱਜੀ, ਤੇ ਉਹਨਾਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਤੇ ਪੁਲਿਸ ਨੇ ਲੜਕੀ ਸਮੇਤ 4 ਲੋਕਾਂ ਨੂੰ ਕਾਬੂ ਕਰ ਲਿਆ ਹੈ, ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।